इत्थे लेस्टर डायबिटीज सेंटर विखे असी अपनी खोज करन वाली जगह नूं सुरक्षित बनाउण लई पुरजोर मेहनत कर रहे हां तां कि इह साडे मरीज वॉलंटियर्स दे वापस आउण लई तैयार होवे। इन्हां हालातां विच हस्पताल आउण लई तुहानूं इन्ना घबराउणा नहीं चाहीदा जिन्ना तुसीं शायद महसूस कर रहे हो। इस लई असी इह वीडियो तैयार कीती है तुहानूं इह दिखाउण लई कि जदों तुसीं हस्पताल आउंदे हो तां तुसीं किस प्रकार दी उम्मीद रख सकते हो। अते इस विच असी हिदायतां अते कुछ नुक्ते भी शामिल कीते हन जिन्हां दा पालन करदे होए तुसी अपनी विजिट दौरान बिल्कुल सुरक्षित अते बेफिकर महसूस कर सको। याद रखो कि हस्पताल दे अंदर जाण तों पहलां अपना मुंह अते नक ढक लवो। इस स्टाफ अते बाहरों आउण वाले सारे लोकां लई लाज़मी है। मेहरबानी करके इह निश्चित करो कि तुहाडा नक अते मुंह पूरी तरह ढकिया होवे। जदों तुसी लेस्टर जनरल हस्पताल दे कार पार्क नंबर 1 विच पहुंचदे हो ਤਾਂ ਉਸ ਦੇ ਸਾਹਮਣੇ ਤੁਹਾਨੂੰ ਡਾਇਬੀਟੀਜ਼ ਆਊਟ ਪੇਸ਼ੈਂਟਸ ਡਿਪਾਰਟਮੈਂਟ ਨਜ਼ਰ ਆਏਗਾ। ਬਸ ਇੱਥੇ ਹੀ ਲੈਸਟਰ ਡਾਇਬੀਟੀਜ਼ ਸੈਂਟਰ ਹੈ। ਜੇਕਰ ਤੁਸੀਂ ਬੱਸ ਰਾਹੀਂ ਆਉਂਦੇ ਹੋ ਤਾਂ ਕਾਰ ਪਾਰਕ ਨੰਬਰ 1 ਵੱਲ ਜਾਓ। ਲੈਸਟਰ ਡਾਇਬੀਟੀਜ਼ ਸੈਂਟਰ ਬਿਲਕੁਲ ਇਸ ਦੇ ਸਾਹਮਣੇ ਹੈ। ਜਦੋਂ ਤੁਸੀਂ ਆਟੋਮੈਟਿਕ ਦਰਵਾਜ਼ੇ ਰਾਹੀਂ ਹਸਪਤਾਲ ਵਿੱਚ ਦਾਖਲ ਹੁੰਦੇ ਹੋ ਤਾਂ ਤੁਹਾਨੂੰ ਹੱਥਾਂ ਨੂੰ ਸੈਨੇਟਾਈਜ਼ ਕਰਨ ਵਾਲਾ ਸਟੇਸ਼ਨ ਨਜ਼ਰ ਆਏਗਾ। ਮਿਹਰਬਾਨੀ ਕਰਕੇ ਇਸ ਦੀ ਵਰਤੋਂ ਕਰਦੇ ਹੋਏ ਆਪਣੇ ਹੱਥ ਸੈਨੇਟਾਈਜ਼ ਕਰੋ। ਕੋਰੀਡੋਰ ਵਿੱਚ ਤੁਰਦੇ ਹੋਏ ਤੁਸੀਂ ਲੈਸਟਰ ਡਾਇਬੀਟੀ ਸੈਂਟਰ ਲਈ ਸਾਈਨਾਂ ਦੇਖਦੇ ਜਾਓ ਜੋ ਕਿ ਤੁਹਾਡੇ ਖੱਬੇ ਹੱਥ ਨਜ਼ਰ ਆਵੇਗਾ। ਇਸ ਵਿੱਚ ਅੰਦਰ ਜਾਣ ਲਈ ਦਰਵਾਜ਼ਾ ਪੌੜੀਆਂ ਚੜ ਕੇ ਉੱਪਰ ਹੈ, ਲੇਕਿਨ ਜੇ ਜ਼ਰੂਰਤ ਹੋਵੇ ਤਾਂ ਤੁਸੀਂ ਸਾਡੀ ਲਿਫਟ ਵੀ ਵਰਤ ਸਕਦੇ ਹੋ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਸੈਂਟਰ ਤੱਕ ਪਹੁੰਚਣ ਲਈ ਕੋਰੀਡੋਰ ਵਿੱਚੋਂ ਤੁਹਾਨੂੰ ਥੋੜੀ ਦੂਰ ਹੀ ਚੱਲਣਾ ਪਏਗਾ। ਜਦੋਂ ਤੁਸੀਂ ਲੈਸਟਰ ਡਾਇਬੀਟੀ ਸੈਂਟਰ ਪਹੁੰਚਦੇ ਹੋ ਤਾਂ ਸਾਡੇ ਸਟਾਫ ਦਾ ਇੱਕ ਮੈਂਬਰ ਤੁਹਾਡਾ ਸਵਾਗਤ ਕਰੇਗਾ ਅਤੇ ਤੁਹਾਨੂੰ ਬੈਠਣ ਵਾਲੀ ਜਗ੍ਹਾ ਤੇ ਭੇਜਣ ਤੋਂ ਪਹਿਲਾਂ ਤੁਹਾਨੂੰ ਆਪਣੇ ਹੱਥ ਸੈਨੇਟਾਈਜ਼ ਕਰਨ ਲਈ ਕਹੇਗਾ। ਤੁਹਾਡੇ ਕੋਲੋਂ ਸਕ੍ਰੀਨਿੰਗ ਲਈ ਤੁਹਾਡੀ ਸਿਹਤ ਬਾਰੇ 1-2 ਸਵਾਲ ਪੁੱਛੇ ਜਾਣਗੇ ਤਾਂ ਕਿ ਇਹ ਪਤਾ ਲਗਾਇਆ ਜਾਏ ਕਿ ਕਿਤੇ ਤੁਹਾਡੇ ਵਿੱਚ ਕੋਵਿਡ ਦੀਆਂ ਨਿਸ਼ਾਨੀਆਂ ਤਾਂ ਨਹੀਂ, ਅਤੇ ਇਸ ਤੋਂ ਇਲਾਵਾ ਤੁਹਾਡੇ ਕੰਨ ਦਾ ਤਾਪਮਾਨ ਵੀ ਚੈੱਕ ਕੀਤਾ ਜਾਵੇਗਾ। ਇਹ ਸਕ੍ਰੀਨਿੰਗ ਸਾਡੇ ਇੱਕ ਸਿਹਤ ਦੇ ਦੇਖਭਾਲ ਕਰਨ ਵਾਲੇ ਮਾਹਿਰ ਪੂਰੀ ਕਰਨਗੇ। ਤੁਹਾਡੀ ਸਕ੍ਰੀਨਿੰਗ ਕਰਨ ਤੋਂ ਬਾਅਦ ਤੁਹਾਡੇ ਦਸਤਖਤ ਲਏ ਜਾਣਗੇ ਅਤੇ ਫਿਰ ਤੁਹਾਨੂੰ ਰਿਸਰਚ ਪੇਸ਼ੈਂਟ ਏਰੀਆ ਜਾਂ ਜਿਮ ਅਤੇ ਕਸਰਤ ਕਰਨ ਵਾਲੀ ਜਗ੍ਹਾ ਵਿੱਚ ਲਿਆਂਦਾ ਜਾਏਗਾ। ਜੇਕਰ ਤੁਹਾਡੇ ਵਿੱਚ ਕੋਵਿਡ-19 ਦੀਆਂ ਕੋਈ ਵੀ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ ਤਾਂ ਅਸੀਂ ਤੁਹਾਨੂੰ ਟੈਸਟ ਕਰਵਾਉਣ ਦੀ ਸਲਾਹ ਦੇਵਾਂਗੇ ਅਤੇ ਜਦੋਂ ਤੁਸੀਂ ਬਿਲਕੁਲ ਠੀਕ ਹੋ ਜਾਂਦੇ ਹੋ ਤਾਂ ਅਸੀਂ ਤੁਹਾਨੂੰ ਸਾਡੇ ਕੋਲ ਵਾਪਸ ਆਉਣ ਵਾਲੀ ਤਾਰੀਖ ਦੇਵਾਂਗੇ। ਜੇਕਰ ਇੱਥੇ ਆਉਣ ਵਾਲੇ ਕਿਸੇ ਵਿਅਕਤੀ ਵਿੱਚ ਇਸ ਬਿਮਾਰੀ ਸੰਬੰਧੀ ਕੋਈ ਵੀ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ ਤਾਂ ਅਸੀਂ ਉਹਨਾਂ ਨੂੰ ਆਪਣੀ ਖੋਜ ਵਾਲੀ ਜਗ੍ਹਾ ਵਿੱਚ ਨਹੀਂ ਆਉਣ ਦੇਵਾਂਗੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਖੋਜ ਵਾਲੀ ਜਗ੍ਹਾ ਬਹੁਤ ਸਾਫ਼ ਹੈ, ਖੁੱਲੀ ਹੈ ਅਤੇ ਸੋਸ਼ਲ ਡਿਸਟੈਂਸ ਵੀ ਰੱਖਿਆ ਜਾ ਸਕਦਾ ਹੈ। ਇਸ ਡਿਪਾਰਟਮੈਂਟ ਦੇ ਹਰ ਇੱਕ ਕਮਰੇ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਉਸਦੀ ਪੂਰੀ ਗੁੰਜਾਇਸ਼ ਤੈਅ ਕੀਤੀ ਗਈ ਹੈ। ਸਾਡੀ ਖੋਜ ਵਾਲੀ ਜਗ੍ਹਾ ਵਿੱਚ ਅਸੀਂ ਕਈ ਪ੍ਰਕਾਰ ਦੇ ਅਧਿਐਨ ਕਰਦੇ ਹਾਂ ਜਿਨ੍ਹਾਂ ਵਿੱਚ ਕੁਝ ਸਵਾਲਨਾਮੇ ਪੂਰੇ ਕਰਨੇ, ਸਾਡੇ ਦੇਖਭਾਲ ਕਰਨ ਵਾਲੇ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨਾ ਜਾਂ ਦੂਸਰੇ ਨਾਪ ਜਿਵੇਂ ਕਿ ਬਲੱਡ ਪ੍ਰੈਸ਼ਰ ਚੈੱਕ ਕਰਨਾ, ਤੁਹਾਡਾ ਕੱਦ ਜਾਂ ਭਾਰ ਦੇਖਣਾ ਸਭ ਸ਼ਾਮਿਲ ਹਨ। ਇਸ ਵਿਜ਼ਿਟ ਦੌਰਾਨ ਤੁਹਾਡੀ ਨਿਗਰਾਨੀ ਇੱਕ ਨਰਸ ਜਾਂ ਸਿਹਤ ਦੀ ਦੇਖਭਾਲ ਕਰਨ ਵਾਲਾ ਸਹਾਇਕ ਕਰੇਗਾ ਜਿਹੜਾ ਕਿ ਆਪਣੀ ਅਤੇ ਤੁਹਾਡੀ ਹਿਫਾਜ਼ਤ ਲਈ PPE ਪਹਿਨ ਕੇ ਤਿਆਰ ਹੋਵੇਗਾ। ਉਹ ਆਪਣੇ ਹੱਥ ਵੀ ਵਾਰ-ਵਾਰ ਧੋਂਦੇ ਰਹਿਣਗੇ। ਸਾਡੇ ਸਾਰੇ ਕਰਮਚਾਰੀਆਂ ਨੂੰ ਇਨਫੈਕਸ਼ਨ ਤੋਂ ਬਚਣ ਲਈ ਤਰੀਕਿਆਂ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਉਹ ਨਿਸ਼ਚਿਤ ਕਰਨਗੇ ਕਿ ਤੁਹਾਡੀ ਸੁਰੱਖਿਅਤਤਾ ਸਭ ਤੋਂ ਅਵਲ ਹੋਵੇ। ਹਰ ਇੱਕ ਮਰੀਜ਼ ਨੂੰ ਦੇਖਣ ਤੋਂ ਬਾਅਦ ਸਾਰੀਆਂ ਜਗ੍ਹਾਵਾਂ ਅਤੇ ਵਰਤੇ ਗਏ ਸਾਰੇ ਸਾਮਾਨ ਨੂੰ ਚੰਗੀ ਤਰ੍ਹਾਂ ਡਿਸਇਨਫੈਕਟ ਕੀਤਾ ਜਾਵੇਗਾ। ਸਰੀਰਕ ਕੰਮ ਨਾਲ ਸੰਬੰਧ ਰੱਖਣ ਵਾਲੇ ਅਧਿਐਨਾਂ ਲਈ ਤੁਹਾਨੂੰ ਸਾਡੀ ਕਸਰਤ ਵਾਲੀ ਪ੍ਰਯੋਗਸ਼ਾਲਾ ਵਿੱਚ ਜਾਣਾ ਪਵੇਗਾ ਜਿੱਥੇ ਕਸਰਤ ਕਰਨ ਲਈ ਕਈ ਪ੍ਰਕਾਰ ਦਾ ਸਾਮਾਨ ਮੌਜੂਦ ਹੋਵੇਗਾ। ਜਿਮ ਵਿੱਚ ਸਾਡਾ ਇੱਕ ਲੈਬ ਟੈਕਨੀਸ਼ੀਅਨ ਹੋਵੇਗਾ ਜਿਹੜਾ ਤੁਹਾਡੀ ਵਿਜ਼ਿਟ ਵੇਲੇ ਤੁਹਾਡੇ ਤੇ ਨਿਗਰਾਨੀ ਰੱਖੇਗਾ ਅਤੇ ਉਸ ਤੇ ਹਮੇਸ਼ਾ PPE ਪਹਿਨੀ ਹੋਵੇਗੀ। ਕਸਰਤ ਕਰਦੇ ਸਮੇਂ ਤੁਹਾਨੂੰ ਮਾਸਕ ਪਹਿਨਣ ਦੀ ਕੋਈ ਜ਼ਰੂਰਤ ਨਹੀਂ ਹੈ, ਇਹ ਤੁਹਾਡੀ ਸੁਵਿਧਾ ਲਈ ਹੋਵੇਗਾ। ਇਸੇ ਲਈ ਸਾਡੇ ਕਰਮਚਾਰੀਆਂ ਨੇ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਉੱਚ ਦਰਜੇ ਦਾ PPE ਦਾ ਸਾਮਾਨ ਪਹਿਨਿਆ ਹੋਵੇਗਾ। ਸਾਡੇ ਸਾਰੇ ਕਰਮਚਾਰੀਆਂ ਨੂੰ ਇਨਫੈਕਸ਼ਨ ਤੋਂ ਬਚਣ ਲਈ ਤਰੀਕਿਆਂ ਦੀ ਪੂਰੀ ਸਿਖਲਾਈ ਦਿੱਤੀ ਗਈ ਹੈ ਅਤੇ ਉਹ ਨਿਸ਼ਚਿਤ ਕਰਨਗੇ ਕਿ ਤੁਹਾਡੀ ਸੁਰੱਖਿਅਤਤਾ ਸਭ ਤੋਂ ਅਵਲ ਹੋਵੇ। ਹਰ ਇੱਕ ਮਰੀਜ਼ ਨੂੰ ਦੇਖਣ ਤੋਂ ਬਾਅਦ ਸਾਰੀਆਂ ਜਗ੍ਹਾਵਾਂ ਅਤੇ ਵਰਤੇ ਗਏ ਸਾਮਾਨ ਨੂੰ ਚੰਗੀ ਤਰ੍ਹਾਂ ਡਿਸਇਨਫੈਕਟ ਕੀਤਾ ਜਾਵੇਗਾ। ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੇ ਆਦੇਸ਼ਾਂ ਅਨੁਸਾਰ ਹਰ ਇੱਕ ਮਰੀਜ਼ ਦੇ ਜਿਮ ਜਾਣ ਤੋਂ ਬਾਅਦ ਅਤੇ ਅਗਲੇ ਮਰੀਜ਼ ਦੇ ਆਉਣ ਤੋਂ ਪਹਿਲਾਂ ਘੱਟ ਤੋਂ ਘੱਟ 60 ਮਿੰਟ ਦਾ ਵਕਫਾ ਰੱਖਿਆ ਜਾਵੇਗਾ। ਤੁਹਾਡੀ ਵਿਜ਼ਿਟ ਖਤਮ ਹੋਣ ਤੇ ਸਾਡੀ ਟੀਮ ਦਾ ਇੱਕ ਮੈਂਬਰ ਤੁਹਾਨੂੰ ਸੈਂਟਰ ਦੇ ਬਾਹਰ ਤੱਕ ਛੱਡ ਕੇ ਆਵੇਗਾ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਮੁਸ਼ਕਿਲ ਸਮੇਂ ਦੌਰਾਨ ਸਾਡੇ ਸੈਂਟਰ ਵਿੱਚ ਆਉਣ ਲਈ ਤੁਹਾਡੇ ਮਨ ਨੂੰ ਤਸੱਲੀ ਮਿਲੀ ਹੋਵੇਗੀ। ਅਸੀਂ ਲੈਸਟਰ ਡਾਇਬੀਟੀਜ਼ ਸੈਂਟਰ ਵਿੱਚ ਤੁਹਾਡਾ ਸਵਾਗਤ ਕਰਨ ਦੀ ਤਾਂਘ ਰੱਖਦੇ ਹਾਂ।